ਸਬਸਕ੍ਰਾਈਬ ਕਰੇ ਨੈਸ਼ਨਲ ਬਸ ਔਰ ਸਾਥੇ ਦਬਾਏ ਬੈਲ ਆਈਕਨ ਬੱਥੇ ਸੀ ਵੱਡਾ ਇਕੱਠ ਰੱਖਿਆ 23 ਤਰੀਕ ਨੂੰ ਭਰਾਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉਸਮੂਲੀਅਤ ਕਰੋ ਉੱਥੇ ਹਰ ਆ ਜਾਣਾ ਚਾਹੀਦਾ ਉੱਥੇ ਲੋਕਾਂ ਦਾ ਮਹਾਰਾਜ ਦੀ ਧਰਤੀ ਦੇ ਉੱਤੇ ਤੇ ਦਿੱਲੀ ਪੁਲਿਸ ਚੱਕ ਚੱਕ ਕੇ ਜਿਲ੍ਹਾ ਸੁੱਟ ਰਹੀ ਹੈ ਸ਼ੱਦਰ ਕਰ ਰਹੀ ਹੈ ਰਮਾਂਡਾਂ ਤੇ ਰਮਾਂਡ ਦੇ ਰਹੀ ਹੈ ਪੰਜਾਬ ਦੇ ਕਿਸਾਨਾਂ ਆਗੂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਜਿਹੜੀ ਸਾਰੀ ਜ਼ਿੰਮੇਵਾਰੀ ਸਾਰਾ ਦਾਰੂਮਦਾਰ ਸਾਰਾ ਮੋਰਚੇ ਦਾ ਸਾਕ ਤਾਂ ਤੁਹਾਡੇ ਮੋਢਿਆਂ ਦੇ ਤੁਹਾਡੇ ਸਿਰ ਤੇ ਘੁੰਮਦਾ ਸੀ ਨਾ ਉਹ ਕਿਸੇ ਹੋਰ ਮੋਢਿਆਂ ਤੇ ਚਲੇ ਗਿਆ ਜੋ ਮਰਜ਼ੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਤੁਹਾਡੇ ਆਗੂ ਪਹਿਲਾਂ ਹੀ ਬੋਲਦੇ ਰਹੇ ਕਿਸਾਨਾਂ ਆਗੂ ਨੂੰ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ 'ਚ ਰਹਾਂਗੇ ਆਪਣੇ ਜਿਹੜਾ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ ਗੱਲ ਆ ਆਪਾਂ ਦੇਖਿਆ ਕਿ ਲਗਾਤਾਰ ਆਪਾਂ ਨੂੰ 7 ਮਹੀਨੇ ਹੋ ਗਏ ਆਪਾਂ ਸੰਘਰਸ਼ ਕਰ ਰਹੇ ਆ ਅਖੀਰ ਲੇ ਪੜਾ ਦੇ ਉੱਤੇ ਸੰਘਰਸ਼ ਜਿਹੜਾ ਸਾਡਾ ਪਹੁੰਚਿਆ ਹੋਇਆ ਸਿਕਰਾਂ ਦੇ ਪਹੁੰਚਿਆ ਹੋਇਆ ਸੰਘਰਸ਼ ਹੈ ਉਹਦੇ ਸੰਬੰਧ ਚ ਅਸੀਂ 23 ਤਰੀਕ ਨੂੰ ਜਿਲ੍ਹਾ ਬਠਿੰਡੇ ਦਾ ਪਿੰਡ ਹੈ ਮਹਾਰਾਜ ਵੱਡਾ ਪਿੰਡ ਆ ਪੰਜਾਬ ਦਾ 6ਵੇਂ ਪਾਸ਼ਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਸਾਇਆ ਹੋਇਆ ਨਗਰ ਉੱਥੋਂ ਦੀ ਦਾਣਾ ਮੰਡੀ ਹੈ ਜਿਹੜੀ ਰਾਮਪਰੇ ਵਾਲੀ ਸੜਕ ਤੇ ਪੈ ਜਾਂਦੀ ਹੈ ਉੱਥੇ ਅਸੀਂ ਵੱਡਾ ਇਕੱਠ ਰੱਖਿਆ 23 ਤਰੀਕ ਨੂੰ ਭਰਾਵੋ ਤੇ ਮੈਂ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਕੋਨੇ-ਕੋਨੇ ਚ ਵਸਦੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਬੱਦ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉਸ ਸਮੂਲੀਅਤ ਕਰੋ ਉੱਥੇ ਉੱਥੇ ਹਜ਼ਾਰਾਂ ਨੇ ਲੱਖਾਂ ਦਾ ਇਕੱਠ ਹੋਣਾ ਚਾਹੀਦਾ ਹਰ ਆ ਜਾਣਾ ਚਾਹੀਦਾ ਉੱਥੇ ਲੋਕਾਂ ਦਾ ਮਹਾਰਾਜ ਦੀ ਧਰਤੀ ਦੇ ਉੱਤੇ ਤਾਂ ਕਿ ਦਿੱਲੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਨੌਜਵਾਨ ਨਰਾਸ਼ ਹੋ ਕੇ ਘਰਾਂ ਚਲੇ ਗਏ ਨੇ ਹਤਾਸ਼ ਹੋ ਗਏ ਨੌਜਵਾਨ ਤਾਂ ਟੁੱਟ ਗਏ ਨੌਜਵਾਨ ਤਾਂ ਹੁਣ ਨਹੀਂ ਆਉਣਗੇ ਪਤਾ ਲੱਗੇ ਕਿ ਇਹ ਨੌਜਵਾਨ ਤਿਆਰ ਨੇ ਪੱਪਾ ਪਾਰ ਨੇ ਮਰਦੇ ਦੰਮ ਤੱਕ ਆਪਣੇ ਹੱਕਾਂ ਲਈ ਲੜਨਗੇ ਜੂਝਣਗੇ ਨੌਜਵਾਨ ਇਹ ਇਹ ਸਰਕਾਰ ਤੱਕ ਸੁਨੇਹਾ ਸਾਡਾ ਜਾਣਾ ਚਾਹੀਦਾ ਐਡਾ ਵੱਡਾ ਘੱਟ ਸੋਡਾ ਇੱਥੇ ਹੋਣਾ ਚਾਹੀਦਾ ਉਹਦਾ ਮਕਸਦ ਆਪਣਾ ਇਹੀ ਹੈ ਕਈ ਵਾਰੀ ਕਈ ਨੌਜਵਾਨ ਇਸ ਗੱਲ ਦਾ ਮੇਰੇ ਨਾਲ ਗਿੱਲਾ ਵੀ ਕਰਦੇ ਆ ਕਿ ਬਾਈ ਤੂੰ ਹਰ ਬਾਰੀ ਇਹ ਗੱਲ ਦੀ ਅਪੀਲ ਕਰਦਾ ਕਿ ਏਕਾ ਬਣਾ ਕੇ ਰੱਖੋ ਕਿਸਾਨ ਅੰਦੋਲਨ ਦੇ ਨਾਲ ਜੁੜੋ ਸੰਘਰਸ਼ ਦੇ ਨਾਲ ਜੁੜੋ ਉਹ ਤਾਂ ਆ ਕਰ ਰਹੇ ਨੇ ਉਹ ਤਾਂ ਉਹ ਕਰ ਰਹੇ ਨੇ ਮੈਂ ਤੁਹਾਨੂੰ ਵਾਰ-ਵਾਰ ਇਹੀ ਅਪੀਲ ਕਰਦਾ ਕਿ ਇੱਥੇ ਮੈਂ ਇਹਦੇ ਨਾਲ ਆ ਤੇ ਮੈਂ ਉਹਦੇ ਨਾਲ ਆ ਇਹ ਗੱਲਾਂ ਨਹੀਂ ਹੁਣ ਸਾਨੂੰ ਸੋਬਦੀਆਂ ਚੱਜਦੀਆਂ ਕਿਉਂਕਿ ਇੱਥੇ ਨਾ ਲੱਖਾ ਸਦਾਣਾ ਅਹਿਮ ਹੈ ਨਾ ਦੀਪ ਸਿੱਧੂ ਅਹਿਮ ਹੈ ਨਾ ਕੋਈ ਕਿਸਾਨ ਆਗੂ ਅਹਿਮ ਹੈ ਅਹਿਮ ਹੈ ਕਿਸਾਨ ਸੰਘਰਸ਼ ਅਹਿਮ ਹੈ ਪੰਜਾਬ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਸਾਡੀਆਂ ਇਹ ਧਰਤੀ ਮਾਂ ਸਾਡੇ ਲਈ ਅਹਿਮ ਹੈ ਸਾਡੇ ਹੱਕ ਸਾਡੇ ਲਈ ਅਹਿਮ ਹੈ ਇਹ ਗੱਲ ਨੂੰ ਸਮਝੋ ਹੁਣ ਜਿਹੜਾ ਮੈਂ ਦੇਖ ਰਿਹਾ ਪੋਸਟਾਂ ਪਾਏ ਰਹੇ ਨੇ ਵੀਡੀਓ ਪਾ ਰਹੇ ਨੇ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲ ਆ ਠੀਕ ਆ ਤੁਹਾਡਾ ਗਿਲਾ ਜਾਇਜ਼ ਹੈ ਮੈਂ ਕਿਸਾਨ ਆਗੂ ਨੂੰ ਵੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਅਸੀਂ ਪਹਿਲ ਕੀਤੀ ਹੈ ਹਮੇਸ਼ਾ ਮੈਂ ਇੱਕੇ ਦੀ ਪਹਿਲ ਕਰਦਾ ਰਿਹਾ ਹਮੇਸ਼ਾ ਤੁਹਾਨੂੰ ਮੈਂ ਦੱਸਦਾ ਰਿਹਾ ਤੜਨੇ ਇਹ ਗੱਲਾਂ ਕਰਦਾ ਰਿਹਾ ਚਾਹੇ ਵੀਡੀਓ ਰਾਹੀਂ ਚਾਹੇ ਮਿਲ ਕੇ ਕਈ ਛੋਡੇ ਨਾਲ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਸੋਨੂੰ ਵੀ ਇਹ ਜਿਗਰਾ ਰੱਖਣਾ ਚਾਹੀਦਾ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਹ ਫਰਾਖਦਲੀ ਚਾਹੀਦੀ ਛੋਡੇ ਚ ਕਿ ਹਾਂ ਯਾਰ ਅਸੀਂ ਪੰਜਾਬ ਦੇ ਹਰ ਨੌਜਵਾਨ ਦੇ ਨਾਲ ਆ ਉਹ ਕੋਈ ਵੀ ਹੋਵੇ ਜਿਨ੍ਹਾਂ ਨੂੰ ਅੱਜ ਦਿੱਲੀ ਸਰਕਾਰ ਕੇਂਦਰ ਦੀ ਤੇ ਦਿੱਲੀ ਪੁਲਿਸ ਚੱਕ ਚੱਕ ਕੇ ਜਿਲਾ ਸੁੱਟ ਰਹੀ ਹੈ। ਤਸ਼ੱਦਦ ਕਰ ਰਹੀ ਹੈ, ਰਮਾਂਡਾਂ ਤੇ ਰਮਾਂਡ ਦੇ ਰਹੀ ਹੈ। ਉਹਦੇ ਖਿਲਾਫ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਸੋਨੂੰ ਵੀ ਆਵਾਜ਼ ਆਪਣੀ ਇੱਕ ਸਾਂਝੇ ਮੰਚ ਤੋਂ بلند ਕਰਨੀ ਚਾਹੀਦੀ ਆ। ਤਾਂ ਕਿ ਪਤਾ ਲੱਗੇ ਸਰਕਾਰਾਂ ਨੂੰ ਕਿ ਨਹੀਂ ਇਹ ਇੱਕ ਨੇ। ਕਿਉਂ? ਕਿਉਂਕਿ ਨਹੀਂ ਤਾਂ ਸਰਕਾਰਾਂ ਇਹ ਦੇਖ ਰਹੀਆਂ ਨੇ ਵੀ ਆਪਸ ਵਿੱਚ ਇਹ ਜੁੰਡੂ ਜੁੰਡੀ ਹੋਈ ਜਾਂਦੇ ਆ। ਆਪਸ ਵਿੱਚ ਲੜ ਕੇ ਦਨ ਉੱਠ ਕੇ ਤੋਂ ਚਲੇ ਜਾਣਗੇ। ਸੋ ਇਹ ਸੁਨੇਹਾ ਸੀ ਕਿਸੇ ਪ੍ਰਕਾਰ ਦਾ ਇਹ ਜੇ ਸਾਡਾ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਜਿਹੜਾ ਜਾ ਚੁੱਕਿਆ ਇਹਨੂੰ ਆਪਾਂ ਦੁਬਾਰੇ ਕਿਵੇਂ ਸਮਾਹਣਾ ਐਸ ਮੋਰਚੇ ਨੂੰ ਪੰਜਾਬ ਦੇ ਕਿਸਾਨਾਂ ਆਗੂਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਜਿਹੜੀ ਸਾਰੀ ਜ਼ਿੰਮੇਵਾਰੀ ਸਾਰਾ ਦਾਰੂਮਦਾਰ ਸਾਰਾ ਮੋਰਚੇ ਦਾ ਸਾਹਕਤਾ ਤੁਹਾਡੇ ਮੋਢਿਆਂ ਤੇ ਤੁਹਾਡੇ ਸਿਰ ਤੇ ਘੁੰਮਦਾ ਸੀ ਨਾ ਉਹ ਕਿਸੇ ਹੋਰ ਮੋਢਿਆਂ ਤੇ ਚੱਲਿਆ ਗਿਆ ਉਹ ਦੁਬਾਰਾ ਪੰਜਾਬ ਦੇ ਆਗੂਆਂ ਦੇ ਮੋਢਿਆਂ ਤੇ ਲਿਆਉਣ ਦੀ ਲੋੜ ਤੇ ਉਹਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਸਾਨੂੰ ਸਾਡੇ ਆਗੂਆਂ ਦੇ ਨਾਲ ਮੁੱਢਨਾ ਮੁੱਢਾ ਜੋੜ ਕੇ ਖੜਨਾ ਚਾਹੀਦਾ ਮੈਂ ਫਿਰ ਬੇਨਤੀ ਕਰਦਾ ਜੋ ਮਰਜ਼ੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਥੋੜੇ ਆਗੂ ਪਹਿਲਾਂ ਹੀ ਬੋਲਦੇ ਰਹੇ ਖਸਾਨਾ ਆਗੂ ਨੂੰ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਇਹ ਜਿਹੀਆਂ ਗੱਲਾਂ ਤੋਂ ਗਾਹਾਂ ਤੋਂ ਗੁਰੇਜ਼ ਕੀਤਾ ਜਾਵੇ ਇਹ ਜੀ ਬਿਆਨ ਬਾਈ ਤੋਂ ਗੁਰੇਜ਼ ਕੀਤਾ ਜਾਵੇ ਜਿਹੜੀ ਦਫਾੜ ਕਰਦੀ ਹੈ ਸਾਨੂੰ ਜਿਹੜੀ ਪਾੜ ਪਾਉਂਦੀ ਹੈ ਸਾਡੇ ਚ ਸੋ ਆਓ ਮੇਰਾ ਵੀਰ 23 ਤਰੀਕ ਨੂੰ ਆਪਾਂ ਇਸ ਸੰਘਰਸ਼ ਦਾ ਸਾਥ ਦੇਣ ਦੇ ਲਈ ਦਿੱਲੀ ਤੱਕ ਸੁਨੇਹਾ ਪਹੁੰਚਾਉਣ ਲਈ ਵੀ ਪੰਜਾਬ ਇਕਜੁੱਟਾ ਪੰਜਾਬ ਇੱਕ ਮੋਠਾ ਪੰਜਾਬ ਪਿੱਛੇ ਨਹੀਂ ਹਟੂਗਾ ਜੋ ਮਰਜ਼ੀ ਹੋ ਜੇ ਪੰਜਾਬ ਚੜ੍ਹਦੀ ਕਲਾ ਚ ਹੀ ਹੈ ਤੇ ਚੜ੍ਹਦੀ ਕਲਾ ਚ ਸੀਰ ਚੜ੍ਹਦੀ ਕਲਾ ਚ ਰਹੂਗਾ 23 ਤਰੀਕ ਨੂੰ ਸੋਡਾ ਐਡਾ ਵੱਡਾ ਇਕੱਠ ਤੇ ਹੋਣਾ ਚਾਹੀਦਾ ਹੈ ਕਿ ਦਿੱਲੀ ਬੈਠੀ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਲੱਖਾਂ ਦਾ ਇਕੱਠ ਜਿਹੜਾ ਅੱਜ ਪੰਜਾਬ ਦੀ ਧਰਤੀ ਜ਼ਿਲ੍ਹੇ ਬਠਿੰਡੇ ਮਹਾਰਾਜ ਦੀ ਧਰਤੀ ਤੇ ਹੋਇਆ ਇਹ ਇਕੱਠ ਦਿੱਲੀ ਵੀ ਪਹੁੰਚੂਗਾ ਆਪਣੇ ਹੱਕਾਂ ਲਈ ਇਹਨਾਂ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਦਿੱਲੀ ਹੀ ਪਹੁੰਚੂਗਾ ਸੋ ਇਸ ਕਰਕੇ ਮੈਂ ਮੇਰਾ ਵੀਰ ਅਪੀਲ ਕਰਦਾ ਕਿ ਨੇੜਲੇ ਪਿੰਡਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਤੁਸੀਂ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਆਓ ਦੂਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਆਪਣੀਆਂ ਗੱਡੀਆਂ ਜਾਂ ਕੋਈ ਬੱਸਾਂ ਕਰਾ ਕੇ ਲੈ ਆਓ ਉਸ ਦਿਨ ਘਰ ਘਰ ਦਾ ਇਨਸਾਨ ਨੌਜਵਾਨ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਹਰ ਇਨਸਾਨ ਇੱਥੇ ਪਹੁੰਚਣਾ ਚਾਹੀਦਾ ਤਾਂ ਕਿ ਆਪਾਂ ਇੱਕ ਸੁਨੇਹਾ ਦੇ ਸਕੀਏ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੀਏ ਜਿਹੜੇ ਝੂਠੇ ਮੁਕੱਦਮੇ ਆਂਦੇ ਵਿੱਚ ਸਾਡੇ ਕਿਸਾਨ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਫਸਾ ਕੇ ਸਰਕਾਰ ਤਸ਼ੱਦਦ ਕਰ ਰਹੀ ਹੈ ਇੱਕ دہشت ਦਾ ਮਾਹੌਲ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਇੱਕ ਨੌਜਵਾਨਾਂ ਦੇ ਡਰ ਪੈਦਾ ਕੀਤਾ ਜਾ ਰਿਹਾ ਹੈ ਇਹ ਜੇ ਮੁਕਦਮੇ ਵਾਜੀ ਕਰਕੇ ਫੜੋ ਫੜੀ ਜਾਰੀ ਹੈ ਛਾਪੇ ਵੱਜ ਰਹੇ ਨੇ ਇਹਨੂੰ ਠੱਲ ਪਾਉਣ ਲਈ ਇਹਨੂੰ ਨੱਥ ਪਾਉਣ ਦੇ ਲਈ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਦੁਨੀਆ ਦੇ ਵਿੱਚ ਇਹ ਸਾਨੂੰ ਇਕੱਠ ਵੱਡਾ ਕਰਨਾ ਚਾਹੀਦਾ ਦੂਜੀ ਗੱਲ ਮੈਂ ਸਾਡੇ ਅੱਗੇ ਉਹਨਾਂ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਸਾਡੇ ਸਾਡੇ ਇਸ ਅੰਦੋਲਨ ਦੇ ਵਿੱਚ ਸਾਡੇ ਨਾਲ ਮੂੜਨਾ ਮੂੜਾ ਜੁੜ ਕੇ ਖੜਿਆ ਸਾਡੇ ਹੱਕ ਦੇ ਵਿੱਚ ਹਰਾ ਨਾਰਾ ਮਾਰਿਆ ਉਹ ਕੋਈ ਵੀ ਆ ਉਹ ਦੁਕਾਨਦਾਰ ਆ ਕਿਸਾਨ ਆ ਮਜ਼ਦੂਰ ਆ ਉਹ ਮਲਾਜਮਾ ਕਿਸੇ ਵੀ ਸੂਬੇ ਦਾ ਕੋਈ ਵਿਦਿਆਰਥੀ ਆ ਜਿਨ੍ਹਾਂ ਨੇ ਸਰਕਾਰ ਅੱਜ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਸੁੱਟਣ ਦੀ ਤਿਆਰੀ ਕਰ ਰਹੀ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਾਨੂੰ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਆ ਤਾਂ ਇਹੀ ਹੁੰਦਾ ਅਸਲ ਆਗੂ ਜਿਹੜਾ ਮੌਕੇ ਦੇ ਉੱਤੇ ਆਪਣੇ ਲੋਕਾਂ ਨਾਲ ਲੈ ਕੇ ਤੁਰੇ ਇਕਾ ਬਣਾ ਕੇ ਚੱਲੇ ਨਿਰਾਸ਼ਤਾ ਨਾ ਫੈਲਣ ਦੇਵੇ ਇਹ ਹੁੰਦੀ ਹੈ ਸਹੀ ਲੀਡਰਸ਼ਿਪ ਸੋ ਛੋਡੇ ਤੇ ਅਸੀਂ ਅੱਜ ਵੀ ਛੋਡੇ ਨਾਲ ਖੜੇ ਆਂ ਖੜਾਂਗੇ ਮਰਦੇ ਦਮ ਤੱਕ ਖੜਾਂਗੇ ਕੋਈ ਗੱਲ ਨਹੀਂ ਬਹੁਤ ਕੁਝ ਚੱਲਣਾ ਪੈਂਦਾ ਹੈ ਬੜਾ ਕੁਝ ਚੱਲਣਾ ਚੱਲਣਾ ਵੀ ਹਲੇ ਆਉਣ ਵਾਲੇ ਸਮੇਂ ਚ ਵੀ ਹੋਰ ਬੜਾ ਕੁਝ ਹੋਣਾ ਹੈ ਬੜਾ ਇਹਨਾਂ ਨੇ ਜ਼ੁਲਮ ਸਰਕਾਰਾਂ ਨੇ ਢਾਉਣਾ ਸਾਡੇ ਲੋਕਾਂ ਦੇ ਉੱਤੇ ਲੋਕਾਂ ਦੀ ਆਵਾਜ਼ ਨੂੰ ਦੱਬਣ ਦੇ ਲਈ ਪਰ ਇਹ ਆਵਾਜ਼ ਹਮੇਸ਼ਾ ਬੁਲੰਦ ਰਹਿਣੀ ਚਾਹੀਦੀ ਹੈ ਕਿਉਂਕਿ ਸਾਨੂੰ ਇਹ ਆਵਾਜ਼ਾਂ ਬਲੰਦ ਰੱਖਣ ਦੀ ਜਿਹੜੀ ਵਿਰਾਸਤ ਹੈ ਦਰਸਾ ਜਿਹੜਾ ਸਾਨੂੰ ਇਹ ਸਾਨੂੰ ਸਾਡੇ ਉਸ ਇਤਿਹਾਸ ਚੋਂ ਮਿਲਿਆ ਉਸ ਵਿਰਾਸਤ ਚੋਂ ਮਿਲਿਆ ਤੇ ਜਦੋਂ ਹੀ ਕਿਤੇ ਜ਼ੁਲਮ ਹੋਇਆ ਤਾਂ ਸਾਡੇ ਕੌਮ ਦੇ ਵੱਡ ਬੜੇ ਰਹਿਣ ਸਾਡੇ ਰਹਿਬਰਾਂ ਨੇ ਸਾਡੇ ਯੋਧਿਆਂ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਤੇ ਅਸੀਂ ਵੀ ਅੱਜ ਆਵਾਜ਼ ਮਰਦੇ ਦਮ ਤੱਕ ਜ਼ੁਲਮ ਦੇ ਖਿਲਾਫ ਇਨਸਾਨੀਅਤ ਲਈ ਮਨੁੱਖਤਾ ਦੇ ਭਲੇ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਰਹਿਣਾ ਸਵਾਉ 23 ਤਰੀਕ ਨੂੰ ਮੇਰਾ ਵੀਰ ਵੱਡੀ ਗਿਣਤੀ ਜਿਹੜਾ ਮੈਂ ਦੇਖੂਗਾ ਇਹ ਨਾ ਹੋਵੇ ਜਿਵੇਂ ਤੁਸੀਂ ਕਹਿੰਨਾ ਬਾਈ ਫੱਟੇ ਚੱਕ ਦਾਂਗੇ ਥੋੜੇ ਨਾਲ ਆ ਉਹ ਹੁਣ ਫੇਸਬੁੱਕਾਂ ਦੇ ਨਹੀਂ ਆਪਾਂ ਫੱਟੇ ਚੱਕਣੇ ਗਰਾਊਂਡ ਤੇ ਦੇਖਣਾ ਕਿ 23 ਤਰੀਕ ਨੂੰ ਕਿੱਡੀ ਵੱਡੀ ਜਿਹੜੀ ਸਾਡੀ ਗਿਣਤੀ ਆ ਲੱਖਾਂ ਦੀ ਗਿਣਤੀ ਹੋਣੀ ਚਾਹੀਦੀ ਆ ਉਦੋਂ ਕੋਈ ਵੀ ਇਨਸਾਨ ਕੋਈ ਵੀ ਨੌਜਵਾਨ ਕਰਿਆ ਨਾ ਰਹੇ ਜੀ ਆਓ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ 23 ਤਰੀਕ ਨੂੰ ਮਹਾਰਾਜ ਪਿੰਡ ਜਿਹੜਾ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਬਰਨਾਲੇ ਤੋਂ ਵੀ 30 ਕਿਲੋਮੀਟਰ ਦੂਰ ਹੈ ਬਠਿੰਡੇ ਤੋਂ ਵੀ 30 ਕਿਲੋਮੀਟਰ ਦੂਰ ਆ ਰਾਮਪਰਾ ਰੰਪਰਾ ਪੈ ਜਾਂਦਾ ਵਿਚਾਲੇ ਵੱਡੇ ਹਾਈਵੇ ਦੇ ਉੱਤੇ ਜਿਹੜਾ ਜਾਂਦਾ ਬਠਿੰਡੇ ਤੋਂ ਆਪਣਾ ਜੀਰਕਪੁਰ ਪਟਿਆਲੇ ਵਾਲਾ ਹਾਈਵੇ ਉਹਦੇ ਉੱਤੇ ਰੰਪਰਾ ਪੈ ਜਾਂਦਾ ਉਹ ਸ਼ਹਿਰ ਤੋਂ 7 ਕਿਲੋਮੀਟਰ ਦੂਰ ਮਹਾਰਾਜ ਪਿੰਡ ਹੈ ਕੋਲੀ ਦਾਣਾ ਮੰਡੀ ਹੈ ਉਸੇ ਸੜਕ ਦੇ ਉੱਤੇ ਉੱਥੇ ਵੱਡਾ ਇਕੱਠ ਰੱਖਿਆ ਗਿਆ ਆਓ ਮੇਰਾ ਵੀਰ ਆਪਾਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਗੇ ਤਾਂ ਕਿ ਪਤਾ ਲੱਗੇ ਕਿ ਅਸੀਂ ਸਾਡੇ ਕਿਸਾਨ ਅੰਦੋਲਨ ਦੇ ਨਾਲ ਆ ਅਸੀਂ ਸਾਡੇ ਜਿਹੜੇ ਜ਼ੁਲਮ ਕੀਤਾ ਤੁਸੀਂ ਸਾਡੇ ਨੌਜਵਾਨਾਂ ਦੇ ਸਾਡੇ ਕਿਸਾਨਾਂ ਦੇ ਜਿਹੜਾ ਜਿੱਡਕੇ ਨੇ ਛਦਰ ਕਰ ਰਹੇ ਹਾਂ ਰਿਮਾਂਡ ਤੇ ਰਿਮਾਂਡ ਦੇ ਰਹੇ ਹਾਂ ਝੂਠੇ ਮੁਕੱਦਮਿਆਂ 'ਚ ਫਸਾ ਰਹੇ ਹਾਂ ਛਾਪੇਮਾਰੀ ਕਰ ਰਹੇ ਹਾਂ ਅਸੀਂ ਉਹਨਾਂ ਦੇ ਨਾਲ ਹੈ ਪਤਾ ਲੱਗੇ ਸਰਕਾਰ ਨੂੰ ਠੱਲ ਪਾਵੇ ਇਹਨਾਂ ਝੂਠੇ ਮੁਕੱਦਮਿਆਂ ਦੀ ਉਦੋਂ ਹੀ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਮੈਂ ਸਮਝਦਾ ਜੇ ਤੁਸੀਂ ਆਪਣੇ ਪੰਜਾਬ ਨੂੰ ਪਿਆਰ ਕਰਦੇ ਹੋ ਆਪਣੀ ਧਰਤੀ ਮਾਂ ਨੂੰ ਪਿਆਰ ਕਰਦੇ ਹੋ ਆਪਣੇ ਹੱਕਾਂ ਲਈ ਤੁਸੀਂ ਤੁਹਾਡੇ ਛੋੜੀਆਂ ਜ਼ਮੀਰਾਂ ਜਾਗਦੀਆਂ ਨੇ ਆਪਣੇ ਹੱਕਾਂ ਲਈ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਉਹ ਹਰ ਇਨਸਾਨ ਜਾਗਦੀ ਜਮੀਰ ਵਾਲਾ ਜਉਂਦੀ ਜ਼ਮੀਰ ਵਾਲਾ ਉਣਖਾਂ ਵਾਲੇ ਲੋਕ 23 ਤਰੀਕ ਨੂੰ ਮਹਾਰਾਜ ਦੀ ਧਰਤੀ ਤੇ ਹੋਣਗੇ। ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਚ ਰਹਾਂਗੇ। ਕਿਉਂਕਿ ਅਸੀਂ ਉਸ ਵਾਹਿਗੁਰੂ ਉਸ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੱਲੇ ਹੋਏ ਹਾਂ। ਉਹਦੇ ਸਾਨੂੰ ਭਰੋਸਾ ਹੈ ਕਿ ਅਸੀਂ ਆਪਣੀ ਸੱਚੀ ਨੇਕ ਨੀਤ ਨਾਲ ਲੜ ਰਹੇ ਹਾਂ, ਆਪਣੇ ਹੱਕਾਂ ਲਈ ਲੜ ਰਹੇ ਹਾਂ ਤੇ ਇਸ ਕਰਕੇ ਅਸੀਂ ਕਦੇ ਵੀ ਨਹੀਂ ਹਾਰਾਂਗੇ। ਹਮੇਸ਼ਾ ਜਿੱਤ ਕੇ ਹੀ ਆਵਾਂਗੇ। ਸਵਾਉ ਚੜ੍ਹਦੀ ਕਲਾ ਜੀ ਰਹਿਣਾ, ਬਲੰਦ ਹੌਸਲੇ ਰੱਖਣੇ ਆ। ਵਾਹਿਗੁਰੂ ਜੀ ਕਾ ਖਾਲਸਾ वाह जी की फतेह नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें लाइक करें कमेंट करें और शेयर करें थैंक्स फॉर वॉचिंग